ਆਪਾਂ ਨੂੰ ਹੁਣ ਵਿਸ਼ਵਾਸ ਹੈ ਇਸ ਗੱਲ ਦਾ
ਨਾਲ ਹੀ ਅਸੀਂ ਉਸ ਮੁਕਰ ਦੇ ਸਮਰੋਹ ਦੇ ਵਿੱਚ ਹਿੱਸਾ ਲੈ ਸਕਦੇ।
ਪਹਿਲਾ ਬੰਦਾ ਜਿੱਦਾਂ ਕੋਈ ਮੰਨ ਲਓ ਇੱਕ ਚੈਂਪੀਅਨਸ਼ਿਪ ਹੋ ਰਹੀ ਆ ਪਹਿਲਾ ਬੰਦਾ ਉੱਥੇ ਜਾ ਕੇ ਕੁਛ ਨਹੀਂ ਕਰ ਸਕਦਾ ਉੱਥੇ ਜਾ ਕੇ ਉਹਦੀ ਪੂਰੀ ਟੀਮ ਜਾਣੀ ਆ ਉੱਥੇ ਤਾਂ ਕਿ ਉਹ ਚੀਜ਼ ਨੂੰ ਉਹ ਹਾਸਲ ਕਰ ਸਕੇ ਆਪਣੀ ਟੀਮ ਦੀ ਖੋਜ ਘੋਸ਼ਣਾ ਕਰਨੀ ਪੈਂਦੀ ਆ ਵੀ ਇਹ ਟੀਮ ਜਿਹੜੀ ਹੈ ਇਹ ਗੁਰੂ ਨਾਨਕ ਦੇਵ ਦੀ ਟੀਮ ਹੈ ਘੋਸ਼ਣਾ ਕਰਨੀ ਪੈਂਦੀ ਇਹ ਟੀਮ ਜਿਹੜੀ ਪ੍ਰਭੂ ਇਹ ਗੁਰੂ ਨਾਨਕ ਦੇਵ ਦੀ ਟੀਮ ਹੈ ਜਿਹੜੀ ਭਾਮੀਆਂ ਵਿੱਚ ਅਸੀਂ ਵੀ ਇਸ ਮੂਵਮੈਂਟ ਨੂੰ ਲੈਣ ਲਈ ਕੀ ਕੀਤਾ ਹੈ ਆ ਚੁੱਕੇ ਹਾਂ ਹਲੇਲੂਇਆ ਜੇ ਪੌਲਸ ਉਸ ਮੂਵਮੈਂਟ ਨੂੰ ਲੈਣ ਲਈ ਆਇਆ ਆ ਭਾਈ ਬੈਨਾਂ ਉਸ ਮੂਵਮੈਂਟ ਨੂੰ ਲੈਣ ਲਈ ਆਇਆ ਆ ਤੇ ਭਾਈ ਹਰਮਿੰਦਰ ਵੀ ਜਵਾਬ ਨਹੀਂ ਹੁੰਦਾ ਮੁੜ ਕੇ ਉਹਨੇ ਲਿਖਿਆ
ਦੂਸਰਾ ਥਿਮੋਥੀ ਵਿੱਚ 2 ਦੀ 15 ਵਿੱਚ ਮੈਂ ਤੁਹਾਨੂੰ ਇੱਕ ਵਾਰ ਦੁਬਾਰਾ ਪੜ੍ਹ ਲਓ ਦੂਸਰਾ ਥਿਮੋਥੀ ਕਿਉਂਕਿ ਆਪਾਂ ਆਪਣੇ ਨਕਸ਼ ਵੱਲ ਹੋਈਏ ਕੋਈ 2 ਦੀ 15 ਮੈਂ ਪੜ੍ਹਦਾ ਆਪਣੇ ਆਪ ਨੂੰ ਪਰਮੇਸ਼ਵਰ ਅੱਗੇ ਪ੍ਰਮਾਣ ਅਤੇ ਅਜਿਹਾ ਤਾਰੀ ਬਣ ਫਰੋਂ ਦਾ ਜਤਨ ਕਰ ਜਿੱਦੂ ਲੱਜਿਆਵਾਂ ਨਾ ਹੋਣਾ ਪਵੇ ਅਮੇਨ ਆਪਣੇ ਆਪ ਨੂੰ ਵੀ ਕਰ ਵਧੀਆ ਕਾਰੀਗਰ ਬਣਾ ਕੇ ਰੱਖ ਉਹਦੇ ਪੇਸ਼ਕਾਰ ਕਿ ਕੱਲ ਨੂੰ ਕਦੋਂ ਉਹਨੇ ਮੋਰੇ ਖੜੇ ਤੇ ਸ਼ਰਮਿੰਦਗੀ ਨਾ ਜਲਣੀ ਪਵੇ ਅਮੇਨ ਕੀ ਨਾ ਜਲਣੀ ਪਵੇ ਜਿਹੜੀ ਕਿ ਸ਼ਰਮਿੰਦਗੀ ਨਾ ਜਲਣੀ ਪਵੇ ਜਦੋਂ ਜਿਹੜਾ ਮੇਰੇ ਦੇਖਾ ਹੋਵੇ ਤੇ ਉਹਦੇ ਵਿੱਚ ਤੈਨੂੰ ਸ਼ਰਮਿੰਦਾ ਨਾ ਹੋਣਾ ਪਵੇ ਜਦੋਂ ਉੱਪਰ ਵੱਡਿਆ ਜਾਵੇ ਤੇ ਉਹਨਾਂ ਵਿੱਚ ਤੈਨੂੰ ਸ਼ਰਮਿੰਦਗੀ ਨਾ ਹੋਵੇ ਹਲੇਲੂਇਆ ਸਮਰੋਹ ਹੋ ਰਿਹਾ ਆ ਮੁਗਲ ਮੰਡਲ ਦਾ ਸਮਰਾਹ ਉੱਥੇ ਹੋ ਰਿਹਾ ਆ ਤੇ ਉੱਥੇ ਕੀ ਹੋਇਆ ਉੱਥੇ ਖੜਾ ਹੋਵੇ ਨਾ ਬੋਲਿਆ ਨਾ ਜਾਵੇ ਤੇ ਕਿੰਨੀ ਸ਼ਰਮਿੰਦਗੀ ਹੋਣੀ ਆ ਕਿੰਨੀ ਸ਼ਰਮਿੰਦਗੀ ਹੋਣੀ ਆ ਚਲੇ ਜਾਣਾ ਆ ਖੜਾ ਰਿਹਾ ਸਮਝਾ ਭਾਈ ਸ਼ਰਮਿੰਦਗੀ ਹੋਣੀ ਪੈਣੀ ਆ ਸ਼ਰਮਿੰਦਾ ਹੋਣਾ ਪੈਣਾ ਆ ਇਸੇ ਕਰਕੇ ਆ ਕਹਿੰਦਾ ਲੱਜਿਆ ਬਣਨਾ ਹੋਣਾ ਪਵੇ ਅਤੇ ਜਿਹੜਾ ਸੱਚਾਈ ਦੇ ਵਚਨ ਦਾ ਯਥਾਰਥ ਵਿਆਖਣ ਕਰਨ ਵਾਲਾ ਹੋਵੇ ਸੱਚਾਈ ਦੇ ਨਾਲ ਦੱਸਣ ਵਾਲਾ ਹੋਵੇ ਉਹਦਾ ਸਹੀ ਵਿਆਖਿਆ ਕਰਨ ਵਾਲਾ ਹੋਵੇ ਉਹ ਜੋ ਸਹੀ ਵਿਆਖਿਆ ਕਰਨ ਵਾਲਾ ਬੰਦਾ ਮਿਲਦਾ ਆ ਉਹ ਹਮੇਸ਼ਾ ਆਪਣੀ ਟੀਮ ਨੂੰ ਸਹੀ ਤਰ੍ਹਾਂ ਚਲਾਉਂਦਾ ਆ ਹਲੇਲੂਇਆ ਤਾਂ ਕਿ ਉਹ ਭਾਈ ਭੈਣਾਂ ਨੂੰ ਜਾ ਕੇ ਉੱਥੇ ਸ਼ਰਮਿੰਦਗੀ ਨਾ ਚਲਣੀ ਪਵੇ ਆਮੇਨ ਹਲੇਲੂਇਆ ਜਿਹੜਾ ਸੇਵਕ ਹੈ ਉਹ ਵਚਨ ਨੂੰ ਪਿਆਰ ਕਰਦਾ ਹੋਵੇ ਆਪਣੇ ਲੋਕਾਂ ਨੂੰ ਵਚਨ ਦੀ ਕਿਤਾਬ ਵਿੱਚ ਲਿਜਾਂਦਾ ਹੋਵੇ ਵਚਨ ਦੀ ਕਿਤਾਬ ਦੇ ਵਿੱਚ ਲੈ ਕੇ ਜਾਂਦਾ ਹੋਵੇ ਉਹਨਾਂ ਨੂੰ ਉਹ ਮੁਕਣ ਲੈਣ ਲਈ ਤਿਆਰ ਕਰਦਾ ਹੋਵੇ ਜਿਹੜਾ ਮੁਕਣ ਸਾਡਾ ਖੁਦਾ ਨੇ ਉਸ ਸਥਾਨ ਦੇ ਉੱਤੇ ਰੱਖਿਆ ਹੋਇਆ ਆਪਣੇ ਲੋਕਾਂ ਨੂੰ ਤਿਆਰ ਕਰੇ ਭਾਈ ਬਾਨ ਸਮਝ ਰਹੇ ਆਮੇਨ ਆਮੇਨ ਉਹ ਬਹੁਤ ਧਿਆਨ ਨਾਲ ਸੁਣਨਾ ਹੈ ਗੱਲ ਗੁੰਜਣਾ ਨਹੀਂ ਹੈ ਗੱਲ ਕਹਿੰਦਾ ਰੋਮੀਓ 8 ਦੀ 1 ਵਿੱਚ ਲਿਖਿਆ ਜੇ ਹੁਣ ਉਹਨਾਂ ਦੀ ਜਿਹੜੇ ਮਸੀਹ ਯੇਸ਼ੂ ਵਿੱਚ ਆ ਸਜ਼ਾ ਦਾ ਹੁਕਮ ਨਹੀਂ ਹੈ ਉਹ ਕਹਿੰਦਾ ਦੱਸ ਚੁੱਕਾ ਉਹਨਾਂ ਲੋਕਾਂ ਦੇ ਉੱਤੇ ਸਜ਼ਾ ਦਾ ਹੁਕਮ ਨਹੀਂ ਲੇਕਿਨ ਕਈ ਲੋਕ ਕਈ ਭਾਈ ਭੈਣ ਸਮਰੋਹ ਚ ਹੋਣਗੇ ਲੇਕਿਨ ਸ਼ਰਮਿੰਦੇ ਹੋਣਗੇ ਕਿਉਂ ਆਪਣੇ ਕੰਮਾਂ ਦੇ ਕਾਰਨ ਜੋ ਉਹਨਾਂ ਨੇ ਕੰਮ ਕੀਤੇ ਆ ਉਹਦਾ ਉਹਨਾਂ ਨੂੰ ਲੇਖਾ ਦੇਣਾ ਪਏਗਾ ਚਾਹੇ ਉਹਨਾਂ ਵਧੀਆ ਕੀਤੇ ਆ ਚਾਹੇ ਉਹਨਾਂ ਨੇ ਮਾੜੇ ਕੀਤੇ ਲੇਖਾ ਸਾਹਿਬ ਦਾ ਹੋਣਾ ਕਿੰਨੇ ਭਾਈ ਭੈਣ ਸਮਝ ਰਹੇ ਸਾਹਿਬ ਧੰਨਵਾਦ ਆਓ ਮੈਂ ਥੋੜੇ ਇਬਰਾਨੀ ਥੋੜੀ ਲਿਖਤਾ ਕਰੀ ਇਬਰਾਨੀ ਪੁਸਤਕ ਬਹੁਤ ਉਹਦੀ 13 ਦੀ 7 13 ਦੇ ਉਹਦੀ 7 ਹੈ ਇਬਰਾਨੀ ਪੁਸਤਕ 13 ਦੇ 7 ਹੈ 7 ਹੈ ਹਾਂਜੀ ਹਾਲੇਲੂਇਆ ਤੁਸੀਂ ਆਪਣੇ ਆਗੂਆਂ ਨੂੰ ਚੇਤੇ ਰੱਖੋ ਜਿਨ੍ਹਾਂ ਤੁਹਾਨੂੰ ਪਰਮੇਸ਼ਵਰ ਦਾ ਵਚਨ ਸੁਣਾਇਆ ਕਹਿੰਦਾ ਤੁਸੀਂ ਆਪਣੇ ਆਗੂਆਂ ਨੂੰ ਯਾਦ ਰੱਖੋ ਆਗੂਆਂ ਨੂੰ ਜਿਨ੍ਹਾਂ ਨੇ ਤੁਹਾਨੂੰ ਪਰਮੇਸ਼ਵਰ ਦਾ ਵਚਨ ਸੁਣਾਇਆ ਹਾਲੇਲੂਇਆ ਹਾਂਜੀ ਉਹਨਾਂ ਦੀ ਚਾਲ ਦੇ ਉੜਕ ਵੱਲ ਧਿਆਨ ਕਰਕੇ ਉਹਨਾਂ ਦੀ ਚਾਰ ਵਾਰ ਉੜਕ ਵੱਲ ਧਿਆਨ ਕਰਕੇ ਉਹਨਾਂ ਦੀ ਨੇਚਰ ਦੀ ਰਿਸ ਕਰੋ ਉਹਨਾਂ ਦੀ ਪਹਿਲੀ ਰਿਸ ਕਰੋ ਉਹਨਾਂ ਦੀ ਨੇਚਰ ਦੀ ਰਿਸ ਕਰੋ ਜੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਉਹਨਾਂ ਦੀ ਨੇਚਰ ਦੀ ਰਿਸ ਕਰੋ ਕਿ ਸਾਡੇ ਸੇਵਕ ਦਾ ਵਿਸ਼ਵਾਸ ਕਿੱਦਾਂ ਆਇਆ ਹਾਲੇਲੂਇਆ ਨੇਚਰ ਦੀ ਰਿਸ ਕਰੋ ਹੁਣ 13 ਪੜੋ 13 ਦੀ 13 ਹੀ 13 ਪੜੋ ਸੋ ਆਓ ਅਸੀਂ ਉਹਦੇ ਨਿਮਿਤ ਨਿੰਦਿਆ ਸਹਿਦੇ ਡੇਰੀਆਂ ਬਾਹਰ ਉਹਦੇ ਕੋਲ ਚਲੀਏ ਇਬਰਾਨੀ 13:13 ਇਬਰਾਨੀ 13:13 ਇਬਰਾਨੀ 13:13 13:13 ਹੀ ਹਾਲੇਲੂਇਆ ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਹਾਂਜੀ ਅਤੇ ਉਹਨਾਂ ਦੇ ਅਧੀਨ ਰਹੋ ਹਾਂਜੀ ਕਿਉਂ ਜੋ ਉਹ ਉਹਨਾਂ ਵਾਂਗੂ ਜਿਨ੍ਹਾਂ ਲੇਖਾ ਦੇਣਾ ਹੈ ਆਮੇਨ ਆਪਾਂ ਇਹ ਵਿਚਨ ਦੀ ਗੱਲ ਕਰ ਰਹੇ ਆਮੇਨ
ਇਹਦਾ ਉਹਨਾਂ ਵਾਂਗੂ ਜਿੱਦਾਂ ਨੇ ਕੀ ਕਰਨਾ ਆ ਲੇਖਾ ਦੇਣਾ ਲੇਖਾ ਦੇਣਾ ਆ ਸਭ ਦਾ ਲੇਖਾ ਦੇਣਾ ਪੈਣਾ ਆ ਵੀ ਤੂੰ ਕੀ ਸਿਖਾਇਆ ਸਿੰਘਾਸਨ ਲੱਗਾ ਦੇਖ ਲਿਆ
ਹਾਥੀ ਦੰਦ ਦੀਆਂ ਪੌੜੀਆਂ ਬਣੀਆਂ ਹੋਈਆਂ ਸਗਾਥੋਂ ਤਾਂ ਨਿਕਲ ਰਹੀਆਂ ਹਨ। ਠੀਕ ਆ, ਆਮੇ ਧੰਨਵਾਦ ਜੀ। ਕਿੰਨੇ ਲੋਕ ਸਮਝ ਰਹੇ ਆ? ਉੱਥੇ ਖੜੇ ਸਨ ਤੇ ਹਾਥੀ ਦੰਦ ਦੀਆਂ ਚਿੱਟੇ ਰੰਗ ਦੀਆਂ ਪੌੜੀਆਂ ਹੇਠਾਂ ਨੂੰ ਆ ਰਹੀਆਂ ਸਨ। ਇਸ ਤਰ੍ਹਾਂ ਦਾ ਗੋਲ ਧਾਰੇ ਵਰਗਾ ਦ੍ਰਿਸ਼ ਕੋਣ ਆਉਂਦੀਆਂ ਸਨ। ਆਮੇਨ। ਗੋਲ ਧਾਰੇ ਵਰਗਾ ਕੀ ਕਰਦੀ ਸੀਗੀ? ਦ੍ਰਿਸ਼ ਬਣਾਉਂਦੀਆਂ ਸੀਗੀਆਂ। ਸਮਝ ਆ ਗਈ? ਰੋਸ਼ਨੀ ਬਣਾਉਂਦੀਆਂ ਸਨ ਅਤੇ ਬਾਹਰ ਨੂੰ ਨਿਕਲੀਆਂ ਹੋਈਆਂ ਸਨ ਤਾਂ ਕਿ ਉਹ ਸਾਰੀ ਮਹਾਨ ਸੈਨਾ ਜੋ ਕਿ ਉੱਥੇ ਖੜੀ ਸੀ, ਸਾਰੀ ਮਹਾਨ ਸੈਨਾ ਜਿਹੜੀ ਉੱਥੇ ਖੜੀ ਸੀਗੀ ਤੇ ਭਾਈ ਬ੍ਰਹਿਮ ਉਹਨਾਂ ਨੂੰ ਦੇਖ ਰਿਹਾ ਹੈ। ਆਮੇਨ। ਹਲੇਲੂਇਆ। ਉਹਨਾਂ ਨੂੰ ਦੇਖ ਰਿਹਾ ਸੀ, ਇਹ ਦੇਖ ਸਕੇ ਕਿ ਉੱਥੇ ਕੀ ਹੋ ਰਿਹਾ ਹੈ, ਇਹ ਦੇਖੇ ਵੀ ਉੱਥੇ ਕੀ ਹੋ ਰਿਹਾ, ਪਤਾ ਦੇਖਦੇ ਵੀ ਇਹ ਕੀ ਹੋ ਰਿਹਾ ਹੈ, ਪਰ ਖੁਦਾ ਉਹਨੂੰ ਦਿਖਾ ਰਿਹਾ ਸੀਗਾ। ਹਲੇਲੂਇਆ। ਅਤੇ ਮੈਂ ਬਿਲਕੁਲ ਪਿੱਛੇ ਇੱਕ ਨੁੱਕਰ ਵਿੱਚ ਖੜਾ ਸੀਗਾ, ਉਹ ਕਹਿੰਦਾ ਮੈਂ ਇੱਕ ਨੁੱਕਰ ਵਿੱਚ ਖੜਾ ਸੀਗਾ, ਬਸ ਮੈਂ ਤਾਂ ਉੱਥੇ ਖੜਾ ਅਤੇ ਇਹ ਮੇਰਾ ਖਿਆਲ ਵਿੱਚ ਵੀ ਨਹੀਂ ਸੀ ਕਿ ਮੈਂ ਉੱਥੇ ਪੌੜੀ ਤੇ ਖੜਾ ਸੀ ਇਹ ਵੇਖ ਸਕਾਂ ਕਿ ਉੱਥੇ ਕੀ ਹੋ ਰਿਹਾ ਆ, ਅਤੇ ਮੈਂ ਬਿਲਕੁਲ ਪਿੱਛੇ ਇੱਕ ਨੁੱਕਰ ਵਿੱਚ ਖੜਾ ਸੀ, ਬਾਹਰ ਮੈਂ ਤਾਂ ਉੱਥੇ ਖੜਾ ਸੀ ਅਤੇ ਮੇਰਾ ਖਿਆਲ ਵਿੱਚ ਵੀ ਨਹੀਂ ਸੀ ਕਿ ਮੈਂ ਉੱਥੇ ਪੌੜੀ ਤੇ ਚੜ੍ਹਾਂਗਾ। ਕਹਿੰਦਾ ਮੇਰੇ ਦਿਮਾਗ 'ਚ ਵੀ ਮੇਰੇ ਖਿਆਲ 'ਚ ਵੀ ਨਹੀਂ ਸੀਗਾ ਕਿ ਮੈਂ ਇਸ ਪੌੜੀ ਦੇ ਉੱਤੇ ਚੜ੍ਹਾਂਗਾ, ਵੀ ਮੈਂ ਇਸ ਪੌੜੀ ਦੇ ਉੱਤੇ ਜਿਹੜੀ ਪੌੜੀ ਬਣਾਈ ਹੈ ਪ੍ਰਭੂ ਉਹਦੇ ਉੱਤੇ ਚੜ੍ਹਾਂਗਾ। ਕਹਿੰਦਾ ਮੈਂ ਸੋਚਿਆ ਵੀ ਨਹੀਂ ਸੀ। ਹਲੇਲੂਇਆ। ਕਹਿੰਦਾ ਮੈਂ ਉੱਥੇ ਸਿਰਫ ਖੜਾ ਸੀ ਤੇ ਮੈਂ ਵੇਖਿਆ ਲੇਖਾ ਰੱਖਣ ਵਾਲਾ ਸਵਰਗ ਦੂਤ ਕਿਸੇ ਦਾ ਨਾਂ ਲੈ ਕੇ ਪੁਕਾਰਦਾ ਆ। ਲੇਖਾ ਰੱਖਣ ਵਾਲਾ ਦੂਤ ਕਿਸੇ ਦਾ ਨਾਂ ਲੈ ਕੇ ਕੀ ਕਰਦਾ ਆ? ਪੁਕਾਰਦਾ ਆ। ਠੀਕ ਹੈ। ਕਹਿੰਦਾ ਅਤੇ ਮੈਂ ਜਾਣ ਜਾਂਦਾ ਤੇ ਉਸ ਨਾਂ ਨੂੰ ਪਛਾਣ ਲੈਂਦਾ ਸੀ। ਮੈਂ ਪਿੱਛੇ ਹੋ ਕੇ ਵੇਖਿਆ ਕਿ ਉੱਥੇ ਇੱਕ ਭਾਈ ਇੱਕ ਭੈਣ ਦੇ ਨਾਲ ਤੁਰਦਾ ਹੋਇਆ ਉਸ ਤਰ੍ਹਾਂ ਹੀ ਤੁਰ ਕੇ ਉੱਥੇ ਆਇਆ ਜਿਵੇਂ ਕੋਈ ਆਦਮੀ ਤੁਹਾਡੇ ਕੋਲ ਆਉਂਦਾ ਹੈ। ਤੁਹਾਡੇ ਕੋਲ ਆਉਂਦਾ ਹੈ। ਜੇ ਪਤੀ ਵੀ ਜਾਊਗਾ ਤੇ ਫਿਰ ਪਤਨੀ ਵੀ ਜਾਊਗੀ, ਜੇ ਪਤਨੀ ਜਾਊਗੀ ਤੇ ਫਿਰ ਪਤੀ ਵੀ ਜਾਊਗਾ, ਪਰਿਵਾਰ ਸਮੇਤ ਉੱਥੇ ਜਾਣਗੇ। ਸਮਝੇ ਉਹਨੂੰ
ਦੇਖ ਲਿਆ ਕਿ ਪਹਿਲੇ ਆਮੇਨ ਮਰਦੇ ਦੇ ਪਿੱਛੇ ਜਾ ਕੇ ਆਪਣੇ ਮਾਸ ਨੂੰ ਆਮੇਨ ਹਾਲੇਲੂਇਆ ਉਹਨਾਂ ਨੂੰ ਦੇਖ ਲਿਆ ਅਤੇ ਜਿਹੜਾ ਲੇਖਾ ਰੱਖਣ ਵਾਲਾ ਸਵਰਗ ਦੂਤ ਉੱਥੇ ਖੜਾ ਸੀ ਉਹਨੇ ਕਿਹਾ ਆ ਕੁਮਾਰੀ ਵਿਲੀਅਮ ਬ੍ਰੈਨਹਮ ਉਹਨੂੰ ਸਾਫ ਦੇਣਾ ਪੈਣਾ ਜੋ ਕਿ ਪਤੀ ਜਿਹੜਾ ਆ ਉਹ ਇੱਕ ਮੁਖਤਿਆਰ ਹੈ
ਸਾਨੂੰ ਸਮਝ ਲਓ ਭੈਣ ਨਾਲ ਕੀ ਮੈਂ ਕਹਿ ਰਿਹਾ ਉੱਥੇ ਕੀ ਕੁਛ ਹੋਣਾ ਪਹਿਲੇ ਪ੍ਰਭੂ ਪ੍ਰਗਟ ਕਰ ਰਿਹਾ ਆ ਉਸ ਸਕੂਲ ਨਹੀਂ ਹੈ।